ਲੋਕ ਤਾਂ ਲਓ ਵੀ ਵੈਲਕਮ ਬੈਕ, ਕਿੱਦਾਂ ਹਾਲ ਚਾਲ ਸਾਰਿਆਂ ਦਾ। ਤੇ ਆਪਾਂ ਅੱਜ ਜਿਹੜਾ ਵੀਡੀਓ ਲੈ ਕੇ ਆਏ ਹਾਂ ਉਹ ਹੈ ਜੀ 2020 ਵਾਲਾ ਕਬੱਡੀ ਦਾ ਵਰਲਡ ਕੱਪ, ਪਾਕਿਸਤਾਨ ਇੰਡੀਆ ਦਾ ਫਾਈਨਲ ਤੇ ਹੋਇਆ ਸੀ ਲਾਹੌਰ 'ਚ। ਲਾਹੌਰ 'ਚ ਹੋਇਆ ਸੀ ਇਹ। ਅੱਗੇ ਆਪਾਂ 2014 ਵਾਲਾ ਵੇਖਿਆ ਸੀ, ਓਏ ਹੋਏ ਬੜਾ ਮੈਚ ਫਸਿਆ ਸੀ ਤੇ ਸਵਾਦ ਆਏਗਾ ਇਹਦੇ ਵਿੱਚ ਵੀ, ਇਹ ਵੀ ਮੈਚ ਬਠਿੰਡੇ ਹੋਇਆ ਸੀ। ਹਾਂ ਚਲੋ ਪਹਿਲਾ ਰਾਉਂਡ ਦਾ ਮੈਚ ਜਿਹੜਾ ਆਪਾਂ ਵੇਖਨੇ ਆ ਤੇ ਪਲੇ ਕਰਦੇ ਆ। ਠੀਕ ਹੈ, ਭਾਰਤ ਦਾ ਜੋ ਨਾਕਾਬਲੇ ਸ਼ਿਕਸ रहने का रिकॉर्ड है कबड्डी की तारीख में, उसको बरकरार रखा जाए। हां जी, वड्डी टक्कर, वड्डा मुकाबला, साना दा भेड़ पैन लगा, पाकिस्तान बा मुकाबला हिंदुस्तान, तारीख लिखी जान लगी, लाहौर पंजाब स्टेडियम विच कबड्डी पौंदा पिया शफीक चिश्ती। चल भाई चिश्ती, सुनिया कबड्डी पा दे, पहली कबड्डी पाउण वास्ते अज थोड़े सामने जवान जेड़े आउणगे, वेखना पहाड़ा ना ਸ਼ਫੀਕ ਚਿਸ਼ਤੀ ਇੱਕ ਨੰਬਰ ਦਾ ਅਜਾਫਾ ਕਰਕੇ ਪਾਕਿਸਤਾਨ ਦੇ ਵਾਸਤੇ ਇੱਕ ਨੰਬਰ ਦਾ ਅਜਾਫਾ ਕਰ ਗਿਆ ਮੁਹੰਮਦ ਸ਼ਫੀਕ ਚਿਸ਼ਤੀ। ਉਹ ਤੁਰ ਪਿਆ ਵਿਨੇ ਖੱਤਰੀ, ਇੱਕੋ ਗੱਲ ਤੇ ਇੱਕ ਕਹਾਣੀ, ਤੇਰੀ ਸਾਡੀ ਸਾਂਝ ਪੁਰਾਣੀ, ਸੱਜਣਾ ਕੁਝ ਤੇ ਲਾਗੇ ਆ, ਵਾਘਾ ਸਿੰਘ ਜਾਂ ਕੰਘਾ ਸਿੰਘ ਜਾਂ ਵਾਗੇ ਆ, ਕੰਡਾ ਸਿੰਘ ਜਾਂ ਵਾਗੇ ਆ। ਉਹ ਵੇਖੋ ਜੀ ਕਮਰੋ ਜਮਾਨ ਬੱਟ, ਕਮਰ ਪੜ ਦੇ ਧੱਕੇ, ਨੰਬਰ ਵਿਨੇ ਖੱਤਰੀ, ਪਾਕਿਸਤਾਨ ਇੱਕ ਇੰਡੀਆ ਇੱਕ। ਗੱਲਬਾਤ ਅੱਗੋਂ ਹਾਫ ਅਜਮ ਜੀ ਸਾਹਿਬ ਜੀ, ਅਗਲੀ ਕਬੱਡੀ ਇਸ ਵੇਲੇ मैदान दे अंदर कबड्डी पाएगा मोहम्मद वकास बट, आया बारे ते लो नाल ही कैंची बजी और कोशिश हिस्से कबड्डी पाएगा फिर मैदान दे अंदर। लो जोते दी पई कबड्डी, चार जापी ने पूरी कोशिश चल रही है कि कौन है जापी जो अज इस नौजवान दे रस्ते रोकेगा। अज पाकिस्तान दे विच एशिया वर्ल्ड कप दा फाइनल हो रहा है। लो अली बड़ाए च, अली बड़ाए ने टक्कर लाई लेकिन नंबर इंडियन टीम दे हिस्से। चल भाई जट्टा पा कबड्डी, हाँ मोहम्मद अरफान माना जट, भाई अरश चोले वाला उधर हौसला बुलंद सीना चौड़ा जट दा, एवें ते नहीं पिंड पिंड रौला जट दा, एवें ते नहीं ਪਿੰਡ ਪਿੰਡ ਰੋਲਾ ਚੱਟਦਾ। ਰਵੀ ਦਿਓੜਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ, ਉਧਰਲੇ ਬੰਨੇ ਚਾਰ ਜਾਫੀ ਨਫੀਸ ਗੁੱਜਰ, ਨੌਜਵਾਨ ਸ਼ਾਨੀ ਬਸਰਾ ਕਮਰ ਬੱਟ ਤੇ ਅਲੀ ਫੜਾਏ ਚ ਚੌਹਾਂ ਦੀ ਚੇਲ ਲੱਗਣਾ ਪਤਾ, ਕਹਿੰਦਾ ਜਾਰਾਂ ਨਾਲ ਹੀ ਟੋਲੀਆਂ ਫੱਪਦੀਆਂ ਨੇ, ਟੋਲੀ ਹੁੰਦੀ ਨਹੀਂ ਕੋਈ ਵੀ ਇਕੱਲਿਆਂ ਦੀ। ਦੋ ਨੰਬਰ ਤੋਂ ਖੱਬੇ ਕ੍ਰਾਸ ਤੋਂ ਸ਼ਾਨੀ ਬਸਰਾ, ਸ਼ਾਨੀ ਬਸਰੇ ਨੇ ਨੰਬਰ ਦਾ ਜਾਫਾ ਕੀਤਾ, ਸੁਲਤਾਨ ਬਰੀ ਸਾਹਿਬ ਦਾ ਇਸ਼ਾਰਾ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਸ਼ਫੀਕ ਚਿਸ਼ਤੀ, ਆ ਵੇਖੋ ਜੀ ਰੀਪਲੇ ਦੇ ਵਿੱਚ ਅਜਮ ਮੰਗ ਵੀ ਕੀਤੀ ਆ, ਰਵੀ ਦਿਓਰੇ ਦੀ ਰੇਡ ਹੈ, ਫੈਸਲਾ ਜਿਹੜਾ ਉਹ ਕਿਉਂਕਿ ਇੰਡੀਅਨ ਟੀਮ ਨੂੰ ਇਹ ਪੁਆਇੰਟ ਦਿੱਤਾ ਗਿਆ, ਰਵੀ ਦਿਓਰੇ ਨੂੰ ਪੁਆਇੰਟ ਦਿੱਤਾ ਗਿਆ। ਸਮਝਦੀ ਤਿੰਨ ਪਾਕਿਸਤਾਨ ਦੀ ਟੀਮ ਦੇ ਪੰਜ ਨੰਬਰ ਨੇ ਅੱਜ ਵੇਲੇ ਇੰਡੀਆ ਦੀ ਟੀਮ ਦੇ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਕਾਸ ਬੱਟ, ਚੱਲ ਬਈ ਬੱਟਾ ਪਾਸ਼ਾ ਕਬੱਡੀ, ਅਰਸ਼ ਚੋਲੇ ਵਾਲਾ ਤੇ ਬੱਟ, ਅਰਸ਼ ਤੇ ਬੱਟ ਦੀ ਟੱਕਰ ਹੈ, ਮੁਹੰਮਦ ਵਕਾਸ ਤਜਰਬਾ ਚੰਗਾ ਹੈ, ਜਾਫੀ ਦੁਨੀਆ ਦਾ ਤੂਫਾਨ ਹੈ, ਰੇਡਰ ਤੇਜ਼ ਰਫਤਾਰ ਹੈ, ਵੇਖਣਾ ਪਏਗਾ ਇੱਥੇ ਵੇਖਣਾ ਪਏਗਾ ਕੀ ਬਣਦਾ ਹੈ। ਬਖਲਾ ਭਰੀਆਂ ਚੱਕਾ ਜਾਮ ਕਰਨ ਦਿਆ ਮੁੰਡਾ, ਕੁੱਤਨ ਕੁੱਤੀ ਹੋ ਗਈਆਂ ਜਵਾਨੀਆਂ, ਖਹਿ ਗਈਆਂ ਜਵਾਨੀਆਂ, ਅਰਸ਼ ਚੋਲੇ ਵਾਲਾ, ਅਰਸ਼ ਚੋਲੇ ਵਾਲਾ, ਬੱਲੇ 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 ਬੱਲੇ, ਲੱਗਾ ਜੱਫਾ ਤੇ ਪੇੜ ਵਿੱਚ ਸ਼ੋਰ ਹੋਇਆ, ਭਾਈ ਵਿੱਚ ਮੈਦਾਨ ਦੁਹਾਈ ਜਾਰੋ, ਅਰਸ਼ ਆਖੇ ਮੈਂ ਨੰਬਰ ਨਹੀਂ ਜਾਣ ਦੇਣਾ, ਜੋਰ ਲਾ ਲਵੇ ਭਾਵੇਂ ਸਾਈ ਜਾਰੋ। ਕਬੱਡੀ ਪਾਉਣ ਵਾਸਤੇ ਇੰਡੀਆ ਦੀ ਟੀਮ ਦਾ ਕਪਤਾਨ, ਹਿੰਦੁਸਤਾਨ ਦਾ ਕਪਤਾਨ ਨੰਨੀ ਸਿੰਘ ਦੀ ਕਬੱਡੀ ਇਸ ਟਾਈਮ 16 ਨੰਬਰ ਦੀ ਕਿੱਟ ਕੀਤੀ ਹੋਈ ਕਬੜੀ ਨੇ, ਔਰ ਕਹਿੰਦੇ ਇੱਕ ਸੁੰਦਰ ਜਿਹਾ ਜੋੜਾ ਬੰਨਿਆ ਹੋਇਆ ਉੱਤੇ। ਅਗਲੀ ਕਬੱਡੀ ਦੇ ਬਾਰੇ ਦੇ ਉੱਪਰ ਕਹਿੰਦਾ ਇਹਨਾਂ ਵਿੱਚ ਕਿੰਨਾ ਕੁ ਹੌਸਲਾ ਏ, ਅੱਜ ਮੈਂ ਜ਼ੋਰ ਤੂਫਾਨਾਂ ਦਾ ਵੇਖ ਲੈਂਦਾ, ਹੱਥ ਪੱਟਾਂ ਤੇ ਮਾਰ ਕੇ ਨਿਕਲ ਆਇਆ, ਅੱਜ ਮੈਂ ਪਾਰ ਚਟਾਨਾਂ ਦਾ ਵੇਖ ਲੈਂਦਾ। ਸ਼ਾਨੀ ਬਸਰਾ ਟਰਾਈ ਕਰਦਾ ਪਿਆ ਗਲੈਡੀਏਟਰ, ਪਰ ਨੰਨੀ ਕਹਿੰਦਾ ਨਹੀਂ ਜਿੱਤ ਕੇ ਜਾਣਾ, ਮੈਂ ਜਾਣਾ ਨਹੀਂ ਹਾਰ ਕੇ। 7 ਨੰਬਰ ਇੰਡੀਆ, 3 ਨੰਬਰ ਪਾਕਿਸਤਾਨ। ਗੱਲਬਾਤ ਕਰਨਗੇ ਹਾਫ ਅਜਮ ਜਸਾਲ ਜੀ। ਅੱਜ ਆਵਾਮ ਬਹੁਤ ਦੂਰੋਂ ਦੂਰੋਂ ਇਸ ਕਬੱਡੀ ਦੇ ਮੈਚ ਨੂੰ ਬੜਾ ਇਸ ਲਈ ਕਹਿੰਦੇ ਪੰਜਾਬ ਸਟੇਡੀਅਮ ਪੂਰਾ ਭਰਿਆ ਹੋਇਆ ਹੈ, ਕਬੱਡੀ ਪਾਏਗਾ ਫਿਰ ਕਿ ਤਜਰਬੇ ਦਾ ਪਹਾੜ ਹੈ ਮੁੰਡਾ ਇਰਫਾਨ ਮਾਨਾ ਜੱਟ, ਹਮੇਸ਼ਾ ਕਪਤਾਨੀ ਨੂੰ ਖੇਡਣ ਵਾਸਤੇ ਅੱਗੇ ਵਧਦਾ ਵੱਧਦਾ ਹੈ। ਲਓ ਇੱਧਰਲੇ ਪਾਸੇ ਪੱਟ ਫੜਨ ਦੀ ਕੋਸ਼ਿਸ਼, ਪਰ ਐਨਰਜੀ ਜ਼ਾਇਆ ਕਰਨ ਤੋਂ ਬਗੈਰ ਹੀ ਹਲਕਾ ਜਿਹਾ ਹੱਸ ਪਾਕਿਸਤਾਨ ਦੀ ਟੀਮ ਦੇ ਵਾਸਤੇ ਉਧਰ ਸੁਬਾਈ ਵਜ਼ੀਰ ਬਰਾਏ ਖੇਲ ਮੁਹਤਰਮ ਤੈਮੂਰ,
हयात खान बट्टी नजारा करते पेने खेड़ा कबड्डी पाते पेने विकास भट्ट चल पे मुहम्मद विकास भट्ट ओ हो गए गुत्थम गुत्थी ओ हो टक्कर अमृत नाल जुड़िया है ओ पेचा जहा पै गया इंडियन टीम का खिलाड़ी जो कप्तानी कर रहे हैं इंडिया की टीम का कप्तान अगे वध्या और पाले दे विच पुज्या देखा गे नफीस गुजर गिट्टा फड़न की कोशिश पर वड्डा तजर्बा निन्नी पिछे कारी हुंदा होया लो अपने आप बचाउंदा और नंबर जो है इंडिया की टीम के वास्ते इधर मैं ट्रॉफी का नजारा करते पे हैं शफीक चिश्ती की पैंदी कबड्डी फिर मैदान के अंदर वारे ते आया शफीक चिश्ती जो पिछला वारा भी किया कमाल की है लो अर्श चोले नाल टक्कर हुई है आ भाई गबरूआ पा कबड्डी ते ला जप्पा कौन है जो मैदान दे विच चिश्ती नू ढकेगा लो लागो ही निकल गया और नंबर पाकिस्तान दी टीम दे हिस्से एक नंबर वाधा कीता है ऐसे कबड्डी नू पूरा इंजॉय कीता जा रहा है पूरा महसूस कर रही है कबड्डी अर्श चोला दुनिया दा नंबर वन जाफी है दीपक काशीपुरिया दिल्ली वाला इंडिया दी टीम दा खिलाड़ी कबड्डी पाउण दे लई अगे वल वध्या है कमर बट सियाद गुजर सानी वसरा नफीस गुजर पाकिस्तान दे चारों जाफी तैयार बरतार कमर बट दे नाल मुकाबला होया ते नौजवान भज्जा हुंदा है यह दीप काशीपुरिया इंडिया दे लई पाउण दा वादा करदा होया बड़ी कदार दे विच जो है खेड प्रेमी आनंद ले रहे ने इस मुकाबले दा पंजाब तो पम्मी भाई उचेचे तौर ते पुजे होए ने जो सांझां दी गल करदे ने अकबर राही दे नाल दोनों पंजाब दी सांझां दी गल करदे ने अपनी बोली अपने देश की गल करते हैं और रेड पाउण दे लई फिर नौजवान मलक बिन्यामीन पाकिस्तान की चढ़ती विरेस का खिलाड़ी अज तारक सैनी रिकॉर्ड टुट गए ने क्रिकेट तो बाद जेकर कोई खेड है कबड्डी है जिन्हें लाहौर का एक खेड स्टेडियम है जिसे तिल सुट्टन भी था नहीं इधरले पासे कबड्डी फिर पावेगा नौजवान अगे वल वधिया कहिंदे इंडिया की टीम का खिलाड़ी लो जोता कमर बट दे नाल टक्कर होई है लेकिन जोते ने सच्चे पट ते मारी थापी खप्पी उंगली खड़ी करता होया जित दा निशान बनाउंदा और नंबर जो है ऐसले इंडिया दी टीम दे हिस्से चल पई बिन्यामीन पास होणिया कबड्डी मलक बिन्यामीन दी कबड्डी कहिंदे कि चढ़ती नहीं मुंडी ए चढ़ाउणी पैंदी आ शेरा मनदी नहीं दुनिया मनाउणी पैंदी ए मनाउणी पैंदी ए अर चोले नाल टक्कर होई और बिन्यामीन एक नंबर दा जाफा कर गया अज दुनिया महफता बनदी पई आ अज पाकिस्तान दा प्यार नजर आ रहा पूरी दुनिया दे विच इधर वेख लो बिन्यामीन ने किवें ला के पना कीता उधर कबड्डी पाउंदा पर रवि द्योरा शानी बसरा अगा वधिया गुट फड़िया गिट्टा कैंची पर मुंडा तिलक तिलक जान लिया बिल्कुल पकड़ मजबूत हुई है पर रेफरी साहब दसणगे नंबर मलक बिन्यामीन पाकिस्तानी टीम वास्ते जुड़ गया चाहे ताहर वहीद जट साहब इस टाइम तुसी टीवी दी स्क्रीन ते वेंदे पए हेड कोच पाकिस्तान कौमी कबड्डी टीम अगली कबड्डी पाउण वास्ते नौजवान नन्नी सिंह कप्तान गया कबड्डी दे उपर चल पई शेरा अगे लग्गियां दे राह विच बड़े कंडे तुरिया चल पर कदम ध्यान रखी तुरिया चल पर ध्यान ना कदम रखी क्योंकि कमर बट अडीकदा पिया उधर शानी बसरा अडीकदा पिया उधर नफीस गुजर ਪੂਰੀਆਂ ਟਰਾਈਆਂ ਦੇ ਵਿੱਚ ਹੈ ਨਫੀਸ ਗੁਜਰ ਔਰ ਨੰਨੀ ਨਫੀਸ ਜਿਹਾ ਲੱਤ ਨੂੰ ਪੈਂਦਾ ਪਰ ਖੜੀ ਨਹੀਂ ਜਾਂਦੀ ਕੱਲੀ ਟੱਕਰੇ ਦੇ ਹਾਲ ਸੁਣਾਵਾ ਸਾਡੇ ਤੇ ਕੀ ਗੁਜਰੀ ਕੱਲੇ ਨੂੰ ਕੱਲੇ ਦੀ ਖੇੜਾ ਪਾਕਿਸਤਾਨ ਦਾ ਮਜ਼ਬੂਤ ਜਾਫੀ ਇਹ ਕੈਨੇਡਾ ਦੀ ਟੀਮ ਦੇ ਜਤਿੰਦਰ ਤੋਚੀ ਕੁਲਤਾਰ ਪੁਰੇਵਾਲ ਗੁਰਜੀਤ ਪੁਰੇਵਾਲ ਜਿਨ੍ਹਾਂ ਨੇ ਟੀਮ ਕੈਨੇਡਾ ਸਪਾਂਸਰ ਕੀਤੀ ਇਸ ਵਰਲਡ ਕੱਪ ਦੇ ਵਿੱਚੋਂ ਵੀ ਨਜ਼ਾਰਾ ਮਾਣਦੇ ਪਏ ਨੇ ਸਾਹਮਣੇ ਤਰਿੰਦਰਜੀਤ ਸਿੰਘ ਨਿੰਨੀ ਕਪਤਾਨ ਇੰਡੀਆ ਟੀਮ ਦਾ ਪੁਆਇੰਟ ਲੈ ਕੇ ਆਇਆ ਆ ਗਿਆ ਜੱਟ ਲੁਧਿਆਣਵੀ ਇਰਫਾਨ ਮਾਨਾ ਜੱਟ ਲੁਧਿਆਣਵੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਵੱਡਾ ਤਜਰਬਾ ਖੇਡ ਕਬੱਡੀ ਦਾ ਅਰਸ਼ ਚੋਲੇ ਵਾਲੇ ਦੇ ਨਾਲ ਫਿਰ ਮੁਕਾਬਲਾ ਹੋਇਆ ਇਹ ਨੌਜਵਾਨ ਸ਼ਰਲੀ ਖੀਰਾ ਵਾਲੀਆ ਮੁਕਾਬਲਾ ਕਰਦਾ ਹੋਇਆ ਪਰ ਤਜਰਬਾ ਪਹਿਲੀ ਬਣਦੇ ਨੇ ਅੱਜ ਦੇ ਨਿਆਣੇ ਬੰਦੀਏ ਇਹ ਨਹੀਂ ਜਾਣਦੇ ਨਹੀਂ ਇਹ ਵੀ ਦਾ ਹੀ ਹੈ ਨਾ ਵੀ ਚ ਹੋਇਆ ਸੀ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਉਦੋਂ ਤੇ ਕੋਵਿਡ ਸਨ ਤੇ ਮਾਸਕ ਮੁਸਕ ਤੇ ਕਿਸੇ ਨੇ ਨਹੀਂ ਲਾਇਆ ਕੋਵਿਡ ਤੋਂ ਪਹਿਲੇ ਦਾ ਉਹ ਵੀ ਨਹੀਂ ਆਇਆ ਸੀ ਜਿਸ ਵਿੱਚ ਹੋਇਆ ਵੀਰੇ ਖੱਤਰੀ ਕਬੱਡੀ ਪਾ ਰਹੇ ਇੰਡੀਆ ਦੀ ਟੀਮ ਦਾ ਇਹ 16 ਫੈਬ ਦਾ ਵਾਰਾ ਖੱਤਰੀ ਦੀ ਰੇਡ ਹੈ ਔਰ ਸਾਹਮਣੇ ਚਾਰ ਜਾਫੀ ਸਿਆਦ ਗੁਜਰ ਕਮਰ ਬਾਟਾ ਸਾਨੀ ਬਸਰਾ ਨਫੀਸ ਗੁਜਰ ਮੁਕਾਬਲਾ ਨਫੀਸ ਗੁਜਰ ਦੇ ਨਾਲ ਦੇ ਪੁਆਇੰਟ ਬੇਨੇ ਖੱਤਰੀ ਦਾ ਪਹਿਲੇ ਹਾਫ ਦੀ ਖੇਡ ਇਸ ਟਾਈਮ ਮੁੱਕਦੀ ਪਈ ਆ ਪਹਿਲੇ ਹਾਫ ਮੇ ਭਾਰਤ ਨੇ ਬਰਤਰੀ ਹਾਸਿਲ ਕੀ ਪਾਕਿਸਤਾਨ ਨੇ ਫਾਈਟ ਬੈਕ ਕੀਆ ਲੇਕਿਨ ਅਭੀ ਦੋਨੋ ਟੀਮੋ ਕੇ ਦਰਮਿਆਨ 6 ਪੁਆਇੰਟਸ ਕਾ ਫਰਕ ਝਲਕ ਰਹਾ ਹੈ
लो जी पहला हफ्ते हो गया मुकम्मल ते बाजवा साहब 18 ते 24 की आखोगे मैच ते पाकिस्तान कुछ नहीं हो सकता जितना सी कर गए वे के हुन तक ते इंडिया के लेकिन हुन आगे जेड़ा मैच अच्छा होएगा दूसरा हाफ जेड़ा है वो मतलब होएगा हुन दूसरा हाफ अच्छा होएगा ते पाकिस्तान अच्छा ए टोटल 40 मिनट दी खेड हुंदी है ਤੇ ਜਿਹਦੇ ਵਿੱਚ ਮਤਲਬ ਪਹਿਲੇ 20 ਮਿੰਟਾਂ 'ਚ ਜਿੰਨੇ ਵੀ ਮਤਲਬ ਜੱਫੇ ਲੱਗ ਜਾਣੀ ਹੈ ਜਿੰਨੀ ਵਾਰੀ ਵੀ ਫੜਿਆ ਜਾਏ ਉਹ ਡਜ਼ਨਟ ਮੈਟਰ ਉਹਦਾ ਕੋਈ ਚੱਕਰ ਨਹੀਂ ਹੈ ਮਤਲਬ 40 ਮਿੰਟ 20 ਮਿੰਟ ਪਹਿਲੇ ਹਾਫ ਦੇ ਤੇ 20 ਦੂਜੇ ਦੇ ਪੂਰੇ ਕਰਾਉਣੇ ਹੈ 40 ਮਿੰਟ ਖੇਡ ਕਰਾਉਣੀ ਹੈ ਲੇਕਿਨ ਜਦੋਂ ਪਲੇਅਰ ਨੇ ਆ ਜਾਣਾ ਤੇ ਉਹ 30 ਸੈਕਿੰਡ ਦੇ ਵਿੱਚ ਵਿੱਚ 30 ਸੈਕਿੰਡ ਹਾਂ ਤੇ ਉਹ 30 ਸੈਕਿੰਡ ਥੋੜੇ ਨਹੀਂ ਥੋੜੇ ਵਧਾਣੇ ਚਾਹੀਦੇ ਨੇ 25 ਦੀ ਵੀ ਕਰ ਲੈਣਾ ਕੋਈ 40 ਸੈਕਿੰਡ ਕਰ ਲੈ ਕਿਉਂਕਿ ਉਹਨੇ ਭੱਜ ਕੇ ਆਉਣਾ ਹੈ ਫਿਰ ਉਹ ਜ਼ਰਾ ਡਾਸ਼ ਸ਼ਾਟ ਦੇਣਾ ਫੜਨਾ ਤਾਂ ਪਤਾ ਨਹੀਂ ਨਾ ਹੁੰਦਾ ਉਹ ਫਿਰ ਇਹੀ ਹੁੰਦਾ ਕਿ ਫਟਾਫਟ ਲਾ ਕੇ ਹੁਣ ਅਦਕੇ ਤਰੀਕੇ ਨਿਕਲੀਏ ਤੇ ਭਜੀਏ ਜਾਂ 40 ਸੈਕਿੰਡ 40 ਸੈਕਿੰਡ ਹਾਂ ਜਾਫੀ ਦਾ ਤੇ ਉਹਦਾ ਮਤਲਬ ਥੋੜਾ ਮੁਕਾਬਲਾ ਜਿਹੜਾ ਪੈਣਾ ਚਾਹੀਦਾ ਚਲੋ ਬਾਕੀ ਆਪਾਂ ਦੂਜਾ ਪਾਰਟ ਜਿਹੜਾ ਜੀ ਉਹ ਵੇਖਣੇ ਆ